ਅੰਨੇ ਲੋਕ ਕਾਲੀਆਂ ਐਨਕਾਂ ਕਿਉਂ ਲਗਾਉਂਦੇ ਹਨ? ਕਿਉਂ ਇਸ ਬੁੱਕ ਨੂੰ ਪੜ੍ਹਨ ਵਾਲੇ ਨੂੰ ਕੈਂਸਰ ਹੋ ਜਾਂਦਾ ਹੈ? ਕੁਝ ਮਾਸਕ ਦੇ ਉੱਪਰ ਇਹ ਢੱਕਣ ਕਿਉਂ ਲੱਗਿਆ ਹੁੰਦਾ ਹੈ? ਗੋਆ ਦੇ ਵਿੱਚ ਸੁਤੰਤਰਤਾ ਦਿਵਸ ਯਾਨੀ ਕਿ ਇੰਡੀਪੈਂਡੈਂਸ ਡੇ ਕਿਉਂ ਦੋ ਵਾਰ ਮਨਾਇਆ ਜਾਂਦਾ ਹੈ? ਅਜਿਹੀ ਰੋਚਕ ਤੱਥ ਜਾਣਨ ਲਈ ਜੁੜੇ ਰਹੋ ਮੇਰੇ ਨਾਲ। ਮੈਂ ਤੁਹਾਡਾ ਹੋਇਆ ਜਸਪ੍ਰੀਤ ਸਿੰਘ, ਤੁਸੀਂ ਦੇਖ ਰਹੇ ਹੋ ਜਿਉਂ ਟੀਵੀ। ਜਿਹੜੇ ਤੁਸੀਂ ਇਸ ਟੇਬਲ ਦੇ ਉੱਪਰ ਦੇਖ ਰਹੇ ਹੋ ਉਹ 10 ਲੱਖ ਤੋਂ ਵੀ ਜ਼ਿਆਦਾ ਮੱਛਰ ਹਨ। ਇਹਨਾਂ ਨੂੰ ਇੱਕ ਇੱਕ ਕਰਕੇ ਤਾਂ ਗਿਣਿਆ ਨਹੀਂ ਗਿਆ, ਪਰ ਇਹਨਾਂ ਨੂੰ ਵਜਨ ਦੇ ਹਿਸਾਬ ਦੇ ਨਾਲ ਗਿਣਿਆ ਗਿਆ ਹੈ। ਸਭ ਤੋਂ ਕਮਾਲ ਦੀ ਗੱਲ ਇਹ ਹੈ ਕਿ ਇਹ ਸਾਰੇ ਮੱਛਰ ਜਿਉਂਦੇ ਹਨ। ਇਹਨਾਂ ਨੂੰ ਦਵਾਈ ਦੇ ਨਾਲ ਬੇਹੋਸ਼ ਕੀਤਾ ਗਿਆ ਹੈ। ਪੂਰੇ ਇੰਡੀਆ ਦੇ ਵਿੱਚ ਸੁਤੰਤਰਤਾ ਦਿਵਸ ਯਾਨੀ ਕਿ ਇੰਡੀਪੈਂਡੈਂਸ ਡੇ ਨੂੰ ਇੱਕ ਵਾਰ ਮਨਾਇਆ ਜਾਂਦਾ ਹੈ, ਪਰ ਇਸ ਨੂੰ ਗੋਆ ਦੇ ਵਿੱਚ 2 ਵਾਰ ਮਨਾਇਆ ਜਾਂਦਾ ਹੈ, ਉਹ ਵੀ ਓਨੇ ਹੀ ਧੂਮਧਾਮ ਦੇ ਨਾਲ। 15 ਅਗਸਤ ਨੂੰ ਤਾਂ ਸਾਰੇ ਇੰਡੀਆ ਦੇ ਵਿੱਚ ਹੀ ਸੁਤੰਤਰਤਾ ਦਿਵਸ ਮਨਾਇਆ ਜਾਂਦਾ ਹੈ, ਪਰ 19 ਸਤੰਬਰ ਨੂੰ ਫਿਰ ਤੋਂ ਗੋਆ ਦੇ ਵਿੱਚ ਸੁਤੰਤਰਤਾ ਦਿਵਸ ਮਨਾਇਆ ਜਾਂਦਾ ਹੈ, ਕਿਉਂਕਿ ਜਦੋਂ ਪੂਰਾ ਇੰਡੀਆ ਆਜ਼ਾਦ ਹੋਇਆ ਸੀ, ਗੋਆ ਉਸ ਦੇ ਨਾਲ ਆਜ਼ਾਦ ਨਹੀਂ ਹੋਇਆ ਸੀ। 15 ਅਗਸਤ 1947 ਨੂੰ ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ ਵੀ ਗੋਆ ਪੁਰਤਗਾਲ ਦੇ ਕਬਜ਼ੇ ਦੇ ਵਿੱਚ ਸੀ, ਇਸ ਨੂੰ ਬਾਅਦ ਦੇ ਵਿੱਚ ਭਾਰਤ ਨੇ ਛਡਾਇਆ ਸੀ। ਜਿਹੜੀ ਤੁਸੀਂ ਬਾਈਕ ਦੇਖ ਰਹੇ ਹੋ ਇੱਕ ਡੱਬੇ ਦੇ ਵਿੱਚ ਫਿੱਟ ਹੋ ਜਾਂਦੀ ਸੀ। ਵਰਲਡ ਵਾਰ 2 ਦੇ ਵਿੱਚ ਹੈਲੀਕਾਪਟਰ ਦੇ ਰਾਹੀਂ ਇਸ ਡੱਬੇ ਨੂੰ ਅਸਮਾਨ ਤੋਂ ਥੱਲੇ ਸੁੱਟ ਦਿੱਤਾ ਜਾਂਦਾ ਸੀ। ਇਸ ਬਾਈਕ ਦੀ ਵਰਤੋਂ ਜੰਗ ਦੇ ਵਿੱਚ ਫੌਜ ਦੇ ਸਿਪਾਹੀ ਕਰਦੇ ਸਨ। ਇਹ ਬਾਈਕ ਕਾਫੀ ਛੋਟੀ ਹੁੰਦੀ ਸੀ, ਪਰ ਅੱਗੇ ਜਾ ਕੇ ਫੌਜ ਨੇ ਇਸ ਨੂੰ ਵਰਤਣਾ ਬੰਦ ਕਰ ਦਿੱਤਾ, ਕਿਉਂਕਿ ਇਹ ਇੰਨੀ ਜ਼ਿਆਦਾ ਫਾਇਦੇਮੰਦ ਨਹੀਂ ਸੀ। ਇੱਕ ਤਾਂ ਇਹ ਬਹੁਤ ਜ਼ਿਆਦਾ ਆਵਾਜ਼ ਕਰਦੀ ਸੀ ਤੇ ਦੂਜਾ ਇਹ ਕਾਫੀ ਜ਼ਿਆਦਾ ਸਲੋ ਚੱਲਦੀ ਸੀ। ਇਹ ਬਾਈਕ ਇੰਨੀ ਜ਼ਿਆਦਾ ਸਲੋ ਚੱਲਦੀ ਸੀ ਕਿ ਕੋਈ ਸੈਨਿਕ ਭੱਜ ਕੇ ਵੀ ਇਸ ਨੂੰ ਫੜ ਸਕਦਾ ਸੀ। ਵਰਲਡ ਵਾਰ 2 ਦੇ ਵਿੱਚ ਇੱਕ ਡਾਕਟਰ ਨੇ ਲੋਕਾਂ ਦੀ ਜਾਨ ਬਚਾਉਣ ਦੇ ਲਈ ਇੱਕ ਨਕਲੀ ਬਿਮਾਰੀ ਫੈਲਾ ਦਿੱਤੀ। ਜੰਗ ਦੇ ਦੌਰਾਨ ਇੱਕ ਇਟਾਲੀਅਨ ਡਾਕਟਰ ਨੇ ਅਜਿਹਾ ਕੀਤਾ। ਇਸ ਬਿਮਾਰੀ ਦਾ ਨਾਮ ਸੀ ਸੈਂਡਰੋਨ ਕੇ। ਇਹ ਬਿਮਾਰੀ ਜੀਵਸ਼ ਲੋਕਾਂ ਦੀ ਜਾਨ ਬਚਾਉਣ ਦੇ ਲਈ ਫੈਲਾਈ ਗਈ ਸੀ, ਕਿਉਂਕਿ ਉਸ ਸਮੇਂ ਜਰਮਨੀ ਦੇ ਨਾਜੀ ਸੈਨਿਕ ਜੀਵਸ਼ ਲੋਕਾਂ ਨੂੰ ਫੜ ਕੇ ਮਾਰ ਰਹੇ ਸਨ, ਕਿਉਂਕਿ ਨਾਜੀ ਇਹ ਧਰਮ ਤੋਂ ਬਹੁਤ ਜ਼ਿਆਦਾ ਨਫ਼ਰਤ ਕਰਦੇ ਸਨ। ਇਸ ਲਈ ਸਾਰੇ ਜੀਵਸ਼ ਲੋਕ ਭੱਜ ਕੇ ਇੱਕ ਹਸਪੀਟਲ ਦੇ ਵਿੱਚ ਲੁਕ ਗਏ ਤੇ ਉਸ ਹਸਪੀਟਲ ਦੇ ਵਿੱਚ ਕੰਮ ਕਰਦੇ ਡਾਕਟਰ ਨੇ ਇਹ ਜੀਵਸ਼ ਲੋਕਾਂ ਦੀ ਜਾਨ ਬਚਾਉਣ ਦੇ ਲਈ ਇਹ ਨਕਲੀ ਬਿਮਾਰੀ ਫੈਲਾ ਦਿੱਤੀ। ਉਸ ਨੇ ਕਿਹਾ ਕਿ ਇਹ ਬਿਮਾਰੀ ਇੰਨੀ ਜ਼ਿਆਦਾ ਖਤਰਨਾਕ ਹੈ ਕਿ ਕੁਝ ਕੁ ਦਿਨਾਂ ਦੇ ਵਿੱਚ ਹੀ ਇਸ ਦੇ ਨਾਲ ਇਨਸਾਨ ਮਰ ਜਾਂਦਾ ਹੈ ਤੇ ਇਹ ਬਹੁਤ ਤੇਜ਼ੀ ਦੇ ਨਾਲ ਫੈਲਦੀ ਹੈ, ਤੇ ਉਸ ਦਾ ਇਹ ਝੂਠ ਕੰਮ ਵੀ ਕਰ ਗਿਆ ਤੇ ਨਾਜੀ ਸੈਨਿਕ ਡਰ ਦੇ ਮਾਰੇ ਉਸ ਹਸਪੀਟਲ ਦੇ ਵਿੱਚ ਗਏ ਹੀ ਨਹੀਂ। ਇਹ ਜਿਹੜੀ ਕਿਤਾਬ ਤੁਸੀਂ ਦੇਖ ਰਹੇ ਹੋ ਇਹ ਪੂਰੀ ਤਰ੍ਹਾਂ ਦੇ ਨਾਲ ਰੇਡੀਓ ਐਕਟਿਵ ਹੈ। ਜੇਕਰ ਤੁਸੀਂ ਇਸ ਦੇ ਕੋਲ ਜਾਵੋਗੇ ਤਾਂ ਤੁਹਾਨੂੰ ਕੈਂਸਰ ਜਾਂ ਹੋਰ ਵੀ ਭਿਆਨਕ ਬਿਮਾਰੀਆਂ ਲੱਗ ਸਕਦੀਆਂ ਹਨ। ਇਹ ਕਿਤਾਬ ਰੇਡੀਓ ਐਕਟਿਵ ਇਸ ਲਈ ਹੈ ਕਿਉਂਕਿ ਇਹ ਕਿਤਾਬ ਮੈਰੀ ਕਿਊਰੀ ਦੀ ਹੈ ਤੇ ਇਹਨਾਂ ਨੇ ਹੀ ਰੇਡੀਏਸ਼ਨ ਦੀ ਖੋਜ ਕੀਤੀ ਸੀ, ਤੇ ਖੋਜ ਕਰਦੇ ਸਮੇਂ ਹੀ ਇਹ ਕਿਤਾਬ ਰੇਡੀਓ ਐਕਟਿਵ ਹੋ ਗਈ। ਤੇ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਮੈਰੀ ਕਿਊਰੀ ਦੀ ਮੌਤ ਵੀ ਰੇਡੀਏਸ਼ਨ ਦੇ ਨਾਲ ਹੀ ਹੋਈ ਸੀ। ਜੇਕਰ ਤੁਸੀਂ ਕੋਈ ਸਪੀਚ ਜਾਂ ਲੈਕਚਰ ਦੇ ਰਹੇ ਹੋ, ਜੇਕਰ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੇ ਤੋਂ ਸਵਾਲ ਪੁੱਛਣ, ਤਾਂ ਤੁਹਾਨੂੰ ਕਦੇ ਵੀ ਇਹ ਨਹੀਂ ਕਹਿਣਾ ਚਾਹੀਦਾ ਕਿ ਡੂ ਯੂ ਹੈਵ ਐਨੀ ਕੁਐਸਚਨ। ਇਸ ਦੀ ਥਾਂ ਤੇ ਤੁਸੀਂ ਇਹ ਕਹੋ ਵਟ ਕੁਐਸਚਨ ਡੂ ਯੂ ਹੈਵ, ਕਿਉਂਕਿ ਇਸ ਤਰ੍ਹਾਂ ਕਹਿਣ ਦੇ ਨਾਲ ਬਹੁਤ ਜ਼ਿਆਦਾ ਚਾਂਸ ਨੇ ਕਿ ਲੋਕ ਤੁਹਾਡੇ ਤੋਂ ਸਵਾਲ ਪੁੱਛਣਗੇ। ਇੱਕ ਸਰਵੇ ਦੇ ਦੌਰਾਨ ਬੰਗਲੌਰ ਦੇ ਲੋਕਾਂ ਨੂੰ ਇਹ ਪੁੱਛਿਆ ਗਿਆ ਕਿ ਤੁਹਾਡਾ ਸਭ ਤੋਂ ਵੱਡਾ ਡਰ ਕੀ ਹੈ, ਤਾਂ ਬੰਗਲੌਰ ਦੇ ਲੋਕਾਂ ਨੇ ਕਿਹਾ ਕਿ ਉਹਨਾਂ ਦਾ ਸਭ ਤੋਂ ਵੱਡਾ ਡਰ ਇਹ ਹੈ ਕਿ ਉਹਨਾਂ ਦਾ ਕੋਈ ਬਿਜ਼ਨਸ ਆਈਡੀਆ ਚੋਰੀ ਨਾ ਕਰ ਲਵੇ। ਮਤਲਬ ਕਿ ਇੱਥੋਂ ਦੇ ਲੋਕਾਂ ਨੂੰ ਸਭ ਤੋਂ ਜ਼ਿਆਦਾ ਇਸ ਚੀਜ਼ ਦਾ ਡਰ ਲੱਗਿਆ ਰਹਿੰਦਾ ਹੈ ਕਿ ਉਹਨਾਂ ਦਾ ਬਿਜ਼ਨਸ ਆਈਡੀਆ ਕੋਈ ਹੋਰ ਨਾ ਚੋਰੀ ਕਰ ਲਵੇ। ਇਹ ਦੇਖੋ, ਇਹ 1920 ਦੀ ਗੱਲ ਹੈ ਜਦੋਂ ਹਾਰਸ ਵਾਟਰ ਡਾਈਵਿੰਗ ਨਾਮ ਦੀ ਇੱਕ ਗੇਮ ਖੇਲੀ ਜਾਂਦੀ ਸੀ, ਜਿਸ ਦੇ ਵਿੱਚ ਲੋਕ ਘੋੜੇ ਦੇ ਉੱਪਰ ਬੈਠ ਕੇ ਉਸ ਦੀ ਪਾਣੀ ਦੇ ਵਿੱਚ ਛਾਲ ਲਗਾ ਦਿੰਦੇ ਸਨ। ਪਰ ਅੱਗੇ ਚੱਲ ਕੇ ਇਸ ਗੇਮ ਨੂੰ ਬੰਦ ਕਰ ਦਿੱਤਾ ਗਿਆ, ਕਿਉਂਕਿ ਇਹ ਬਹੁਤ ਜ਼ਿਆਦਾ ਖਤਰਨਾਕ ਸੀ। ਇਨਸਾਨ ਅਤੇ ਘੋੜੇ ਦੋਵਾਂ ਦੇ ਲਈ ਇਹ ਖੇਡ ਕਾਫੀ ਜ਼ਿਆਦਾ ਖਤਰਨਾਕ ਸੀ, ਕਿਉਂਕਿ ਇਸ ਖੇਡ ਦੇ ਦੌਰਾਨ ਕਈ ਵਾਰ ਘੋੜੇ ਜ਼ਖਮੀ ਹੋ ਜਾਂਦੇ ਸਨ ਤੇ ਕਈ ਵਾਰ ਉਹਨਾਂ ਦੀ ਪਾਣੀ ਦੇ ਵਿੱਚ ਡੁੱਬਣ ਕਾਰਨ ਮੌਤ ਵੀ ਹੋ ਜਾਂਦੀ ਸੀ। ਜਿਹੜੀ ਇਹ ਤੁਸੀਂ ਫੋਟੋ ਦੇਖ ਰਹੇ ਹੋ ਇਹ ਇੱਕ ਆਸਟ੍ਰੇਲੀਅਨ ਹੀਰੋਇਨ ਦੀ ਫੋਟੋ ਹੈ, ਜਿਸਨੇ ਇੱਕ ਅਜੀਬ ਕਿਸਮ ਦਾ ਹੇਅਰ ਸਟਾਈਲ ਕੀਤਾ ਹੋਇਆ ਹੈ। ਇਸ ਨੂੰ ਦੇਖ ਕੇ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਇਸ ਹੀਰੋਇਨ ਨੇ ਆਪਣੇ ਗਲਤੀ ਦੇ ਨਾਲ ਵਾਲ ਕੱਟ ਦਿੱਤੇ ਹੋਣ ਤੇ ਬਾਅਦ ਦੇ ਵਿੱਚ ਉਸ ਨੂੰ ਜੋੜ ਲਿਆ ਹੋਵੇ। ਇੱਕ ਅੰਦਾਜ਼ੇ ਦੇ ਮੁਤਾਬਕ ਜਿਹੜਾ ਸਟੈਚੂ ਆਫ ਲਿਬਰਟੀ ਅਮਰੀਕਾ ਦੇ ਵਿੱਚ ਹੈ, ਉਸ ਦੇ ਉੱਪਰ ਹਰ ਸਾਲ 600 ਤੋਂ ਵੱਧ ਵਾਰ ਬਿਜਲੀ ਡਿੱਗਦੀ ਹੈ, ਪਰ ਫਿਰ ਵੀ ਇਸ ਨੂੰ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ। KBC ਯਾਨੀ ਕਿ ਕੌਣ ਬਣੇਗਾ ਕਰੋੜਪਤੀ ਦੇ ਵਿੱਚ ਫਾਸਟੈਸਟ ਫਿੰਗਰ ਜਿੱਤਣ ਵਾਲੇ ਪ੍ਰਤੀਯੋਗੀ ਦਾ ਅਗਲਾ ਸੀਨ ਕੱਟ ਦਿੱਤਾ ਜਾਂਦਾ ਹੈ, ਕਿਉਂਕਿ ਉਸ ਦੇ ਅਮਿਤਾਭ ਬੱਚਨ ਦੇ ਸਾਹਮਣੇ ਹੌਟ ਸੀਟ ਤੇ ਬੈਠਣ ਤੋਂ ਪਹਿਲਾਂ ਉਸ ਦਾ ਮੇਕਅਪ ਕੀਤਾ ਜਾਂਦਾ ਹੈ। ਇਹ ਫੋਟੋ ਨਿਕੋਲਾ ਟੈਸਲਾ ਦੇ ਮਰਨ ਤੋਂ ਕੁਝ ਦਿਨ ਪਹਿਲਾਂ ਦੀ ਹੈ। ਹਾਲ ਹੀ ਦੇ ਵਿੱਚ ਇਸ ਫੋਟੋ ਨੂੰ ਰੰਗਦਾਰ ਬਣਾਇਆ ਗਿਆ, ਕਿਉਂਕਿ ਇਹ ਨਿਕੋਲਾ ਟੈਸਲਾ ਦਾ ਪੁਰਾਣਾ ਬਲੈਕ ਐਂਡ ਵਾਈਟ ਫੋਟੋ ਸੀ। ਐਕਸਪਰਟ ਦਾ ਮੰਨਣਾ ਹੈ ਕਿ ਟੈਸਲਾ 99% ਅਜਿਹੇ ਦਿਖਾਈ ਦਿੰਦੇ ਸਨ। ਬੀਚ ਦੇ ਉੱਪਰ ਕਿਸੇ ਕਲਾਕਾਰ ਨੇ ਇਹ ਪੱਥਰ ਦੇਖਿਆ ਤੇ ਇਸ ਦੇ ਉੱਪਰ ਸ਼ਾਰਕ ਦੀ ਤਰ੍ਹਾਂ ਪੇਂਟ ਕਰ ਦਿੱਤਾ, ਤੇ ਹੁਣ ਇਹ ਇੰਨਾ ਜ਼ਿਆਦਾ ਅਸਲੀ ਲੱਗਦਾ ਹੈ ਕਿ ਪਹਿਲੀ ਵਾਰ ਦੇਖ ਕੇ ਕੋਈ ਵੀ ਧੋਖਾ ਖਾ ਜਾਂਦਾ ਹੈ ਕਿ ਇਹ ਇੱਕ ਅਸਲੀ ਸ਼ਾਰਕ ਹੈ। ਬੰਗਲੌਰ ਦੇ ਇੱਕ ਆਦਮੀ ਨੇ ਆਪਣਾ ਬੈਗ ਲੱਭਣ ਦੇ ਲਈ ਪੂਰੀ 에ਅਰਲਾਈਨ ਦੇ ਸਰਵਰ ਨੂੰ ਹੀ ਹੈਕ ਕਰ ਲਿਆ। ਬੰਗਲੌਰ ਦੇ ਇੱਕ ਸੌਫਟਵੇਅਰ ਇੰਜੀਨੀਅਰ ਨੇ ਇੰਡੀਗੋ 에ਅਰਲਾਈਨ ਦੇ ਸਰਵਰ ਨੂੰ ਹੈਕ ਕਰ ਲਿਆ ਸੀ, ਕਿਉਂਕਿ ਉਸ ਦਾ ਬੈਗ ਇਸ 에ਅਰਲਾਈਨ ਦੇ ਵਿੱਚ ਖੋ ਗਿਆ ਸੀ ਤੇ 에ਅਰਲਾਈਨ ਉਸ ਦੀ ਕੋਈ ਜ਼ਿਆਦਾ ਮਦਦ ਨਹੀਂ ਕਰ ਰਿਹਾ ਸੀ। ਇਸ ਲਈ ਉਸ ਨੇ ਖੁਦ ਹੀ ਆਪਣੀ ਮਦਦ ਕਰਨ ਦੇ ਲਈ ਇਹਨਾਂ ਦੇ ਸਾਰੇ ਸਰਵਰ ਨੂੰ ਹੀ ਹੈਕ ਕਰ ਲਿਆ ਤੇ ਆਪਣਾ ਬੈਗ ਲੱਭ ਲਿਆ, ਤੇ ਨਾਲ ਹੀ ਉਸ ਨੇ ਇੰਡੀਗੋ ਕੰਪਨੀ ਨੂੰ ਵੀ ਇਹ ਮੇਲ
ਤੁਸੀਂ ਆਪਣੀ ਕਮਰ ਜਾਂ ਕਹੀਏ ਆਪਣੇ ਪੇਟ ਦੇ ਸਾਈਜ਼ ਤੋਂ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਤੁਹਾਨੂੰ ਸ਼ੂਗਰ ਹੈ ਜਾਂ ਨਹੀਂ। ਜੇਕਰ ਪਿਛਲੇ ਕੁਝ ਕੁ ਸਮੇਂ ਦੇ ਵਿੱਚ ਤੁਹਾਡੀ ਇਕੱਲੀ ਕਮਰ ਦਾ ਸਾਈਜ਼ ਹੀ ਵੱਧ ਰਿਹਾ ਹੈ ਤਾਂ ਇਸ ਦੇ ਬਹੁਤ ਜ਼ਿਆਦਾ ਚਾਂਸ ਹਨ ਕਿ ਤੁਹਾਨੂੰ ਸ਼ੂਗਰ ਹੈ। ਜੇਕਰ ਤੁਹਾਡਾ ਸਰੀਰ ਅਤੇ ਕਮਰ ਦੋਨੇ ਇਕੱਠੇ ਵੱਧ ਰਹੇ ਨੇ ਤਾਂ ਇਹ ਨਾਰਮਲ ਗੱਲ ਹੈ, ਪਰ ਜੇਕਰ ਤੁਹਾਡੀ ਸਿਰਫ ਇਕੱਲੀ ਕਮਰ ਵੱਧ ਰਹੀ ਹੈ ਤਾਂ ਤੁਹਾਨੂੰ ਡਾਕਟਰ ਦੇ ਕੋਲ ਜ਼ਰੂਰ ਜਾਣਾ ਚਾਹੀਦਾ ਹੈ। ਤੁਸੀਂ ਆਪਣੇ ਸਰੀਰ ਨੂੰ ਪੂਰੀ ਨੀਂਦ ਨਹੀਂ ਦਿਓਗੇ ਤਾਂ ਤੁਹਾਡਾ ਦਿਮਾਗ ਆਪਣੇ ਆਪ ਨੂੰ ਖਾਣ ਲੱਗ ਜਾਵੇਗਾ। ਇਹ ਫੋਟੋ ਇਸ ਚੀਜ਼ ਨੂੰ ਚੰਗੀ ਤਰ੍ਹਾਂ ਦੇ ਨਾਲ ਬਿਆਨ ਕਰਦੀ ਹੈ। ਇਸ ਦਾ ਮਤਲਬ ਇਹ ਵੀ ਨਹੀਂ ਹੈ ਕਿ ਪੂਰੇ ਦਿਨ ਦੇ ਵਿੱਚ ਤੁਸੀਂ 10-10 ਘੰਟਿਆਂ ਦੀ ਨੀਂਦ ਲਓ, ਕਿਉਂਕਿ ਹਰ ਇੱਕ ਲੋਕਾਂ ਦੇ ਸੌਣ ਦਾ ਅਲੱਗ-ਅਲੱਗ ਲੈਵਲ ਹੁੰਦਾ ਹੈ। ਕੁਝ ਲੋਕਾਂ ਦੇ ਲਈ 8 ਘੰਟੇ ਦੀ ਨੀਂਦ ਹੀ ਕਾਫੀ ਹੁੰਦੀ ਹੈ ਤੇ ਕੁਝ ਦੇ ਲਈ 5-6 ਘੰਟਿਆਂ ਦੀ ਨੀਂਦ। ਹੁਣ ਤੁਸੀਂ ਆਪਣੇ ਹਿਸਾਬ ਦੇ ਨਾਲ ਇਸ ਨੂੰ ਐਡਜਸਟ ਕਰ ਸਕਦੇ ਹੋ। ਇੱਕ ਰਸ਼ੀਅਨ ਪਾਇਲਟ ਨੇ ਆਪਣੇ ਮਜ਼ੇ ਲੈਣ ਦੇ ਚੱਕਰ ਦੇ ਵਿੱਚ 70 ਲੋਕਾਂ ਦੀ ਜਾਨ ਲੈ ਲਈ ਸੀ। ਇਸ ਰਸ਼ੀਅਨ ਪਾਇਲਟ ਨੇ ਅੱਖਾਂ ਬੰਦ ਕਰਕੇ ਜਹਾਜ਼ ਨੂੰ ਲੈਂਡ ਕਰਾਉਣ ਦੀ ਕੋਸ਼ਿਸ਼ ਕੀਤੀ ਅਤੇ ਜਹਾਜ਼ ਕ੍ਰੈਸ਼ ਹੋ ਗਿਆ। ਇਸ ਦੇ ਨਾਲ ਤੇ ਕੋ-ਪਾਇਲਟ ਨੇ ਇਸ ਨੂੰ ਕਿਹਾ ਕਿ ਤੂੰ ਅੱਖਾਂ ਬੰਦ ਕਰਕੇ ਜਹਾਜ਼ ਨੂੰ ਲੈਂਡ ਨਹੀਂ ਕਰਾ ਸਕਦਾ, ਤਾਂ ਇਹਨਾਂ ਦੋਨਾਂ ਦੇ ਵਿੱਚ ਸ਼ਰਤ ਲੱਗ ਗਈ ਤੇ ਜਦੋਂ ਇਹ ਪਾਇਲਟ ਅੱਖਾਂ ਬੰਦ ਕਰਕੇ ਜਹਾਜ਼ ਨੂੰ ਲੈਂਡ ਕਰਾਉਣ ਲੱਗਿਆ ਤਾਂ ਪਲੇਨ ਕ੍ਰੈਸ਼ ਹੋ ਗਿਆ। ਇਸ ਦੇ ਵਿੱਚ 94 ਲੋਕ ਸਵਾਰ ਸਨ, ਜਿਨ੍ਹਾਂ ਦੇ ਵਿੱਚੋਂ 70 ਲੋਕ ਮਾਰੇ ਗਏ ਤੇ ਬਾਕੀ ਦੇ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਏ। ਕੀ ਤੁਸੀਂ ਕਦੇ ਇਹ ਚੀਜ਼ ਸੋਚੀ ਹੈ ਕਿ ਅੰਨੇ ਲੋਕ ਕਾਲੇ ਰੰਗ ਦੀਆਂ ਐਨਕਾਂ ਕਿਉਂ ਲਗਾਉਂਦੇ ਹਨ ਜਦਕਿ ਉਹਨਾਂ ਨੂੰ ਕੁਝ ਅੱਖਾਂ ਤੋਂ ਤਾਂ ਦਿਖਾਈ ਨਹੀਂ ਦਿੰਦਾ, ਫਿਰ ਵੀ ਉਹ ਕਾਲੇ ਰੰਗ ਦੀਆਂ ਐਨਕਾਂ ਕਿਉਂ ਲਗਾਉਂਦੇ ਨੇ? ਅਸਲ ਦੇ ਵਿੱਚ ਜਿਹੜੇ ਅੰਨੇ ਲੋਕ ਹੁੰਦੇ ਨੇ ਉਹਨਾਂ ਦੀਆਂ ਅੱਖਾਂ ਰੋਸ਼ਨੀ ਦੇ ਸਾਹਮਣੇ ਕਾਫੀ ਜ਼ਿਆਦਾ ਸੈਂਸਿਟਿਵ ਹੋ ਜਾਂਦੀਆਂ ਹਨ। ਇਸ ਲਈ ਜਦੋਂ ਬਾਹਰ ਨਿਕਲਦੇ ਨੇ ਤਾਂ ਸਿੱਧੀ ਸੂਰਜ ਦੀ ਰੋਸ਼ਨੀ ਉਹਨਾਂ ਦੀ ਅੱਖਾਂ ਦੇ ਉੱਪਰ ਪੈਂਦੀ ਹੈ ਤੇ ਉਹਨਾਂ ਦੀ ਅੱਖਾਂ ਦੇ ਵਿੱਚ ਜਲਨ ਹੋਣ ਲੱਗਦੀ ਹੈ ਤੇ ਨਾਲ ਹੀ ਉਹਨਾਂ ਨੂੰ ਸੰਤਰੀ ਰੰਗ ਵੀ ਦਿਖਾਈ ਦਿੰਦਾ ਹੈ। ਇਹ ਤੁਸੀਂ ਵੀ ਨੋਟ ਕੀਤਾ ਹੋਣਾ ਹੈ, ਜਦੋਂ ਤੁਸੀਂ ਅੱਖਾਂ ਬੰਦ ਕਰਕੇ ਸੂਰਜ ਵੱਲ ਝਾਂਕਦੇ ਹੋ ਤਾਂ ਤੁਹਾਨੂੰ ਵੀ ਸੰਤਰੀ ਰੰਗ ਦਿਖਾਈ ਦਿੰਦਾ ਹੋਵੇਗਾ। ਸਾਨੂੰ ਤਾਂ ਅੱਖਾਂ ਬੰਦ ਕਰਕੇ ਵੀ ਉਸ ਟਾਈਮ ਸੰਤਰੀ ਰੰਗ ਦਿਖਾਈ ਦਿੰਦਾ ਹੈ, ਪਰ ਉਹਨਾਂ ਦੀ ਅੱਖਾਂ ਖੁੱਲੀਆਂ ਹੁੰਦੀਆਂ ਨੇ, ਇਸ ਕਰਕੇ ਉਹਨਾਂ ਨੂੰ ਕਾਫੀ ਜ਼ਿਆਦਾ ਜਲਨ ਮਹਿਸੂਸ ਹੁੰਦੀ ਹੈ। ਇਸ ਕਰਕੇ ਉਹ ਕਾਲੇ ਰੰਗ ਦੀਆਂ ਐਨਕਾਂ ਲਗਾਉਂਦੇ ਹਨ ਤਾਂ ਕਿ ਉਹਨਾਂ ਨੂੰ ਜਲਨ ਮਹਿਸੂਸ ਨਾ ਹੋਵੇ। ਇਸ ਦੇ ਨਾਲ ਹੀ ਕਾਲੇ ਰੰਗ ਦੀ ਐਨਕਾਂ ਇੱਕ ਮਾਰਕ ਜਾਣ ਕੇ ਇੱਕ ਚਿੰਨ੍ਹ ਬਣ ਗਿਆ ਹੈ ਅੰਨੇ ਲੋਕਾਂ ਦੇ ਲਈ, ਜਿਸ ਨੂੰ ਦੇਖ ਕੇ ਕੋਈ ਵੀ ਅੰਦਾਜ਼ਾ ਲਗਾ ਲੈਂਦਾ ਹੈ ਕਿ ਇਸ ਦੀਆਂ ਅੱਖਾਂ ਨਹੀਂ ਹਨ। ਤੁਹਾਡੇ ਵਿੱਚੋਂ ਕਈ ਲੋਕਾਂ ਨੇ ਮਾਸਕ ਦੇ ਇਹ ਵਾਲੇ ਹਿੱਸੇ ਨੂੰ ਤਾਂ ਜ਼ਰੂਰ ਨੋਟ ਕੀਤਾ ਹੋਵੇਗਾ। ਇਹ ਕੁਝ ਕੁ ਮਾਸਕਾਂ ਦੇ ਵਿੱਚ ਹੀ ਹੁੰਦਾ ਹੈ, ਪਰ ਅਜਿਹਾ ਕਿਉਂ ਹੁੰਦਾ ਹੈ? ਕੀ ਇਹ ਕੋਈ ਡਿਜ਼ਾਈਨ ਹੈ? ਅਸਲ ਦੇ ਵਿੱਚ ਇਸ ਦਾ ਬਹੁਤ ਮਹੱਤਵਪੂਰਨ ਕੰਮ ਹੈ। ਇਹ ਤੁਹਾਡੇ ਮਾਸਕ ਦੀ ਹਵਾ ਨੂੰ ਬਾਹਰ ਕੱਢਣ ਦਾ ਕੰਮ ਕਰਦਾ ਹੈ। ਇਸ ਤੋਂ ਬਿਨਾਂ ਇਹ ਮਾਸਕ ਨੂੰ ਅੰਦਰੋਂ ਗਰਮ ਨਹੀਂ ਹੋਣ ਦਿੰਦਾ ਤੇ ਹਿਊਮਿਡਿਟੀ ਨੂੰ ਵੀ ਕੰਟਰੋਲ ਕਰਦਾ ਹੈ। ਇਹ ਮਾਸਕ ਦੇ ਅੰਦਰ ਕਾਰਬਨ ਡਾਈਆਕਸਾਈਡ ਨੂੰ ਵੀ ਇਹ ਘੱਟ ਕਰਦਾ ਹੈ। ਇਹ ਸਾਂਝੀ ਜਿਸ ਦੁਨੀਆ ਦੇ ਵਿੱਚ ਆਪਾਂ ਰਹਿੰਦੇ ਹਾਂ ਉਸ ਦੇ ਬਾਰੇ ਕੁਝ ਰੌਚਕਤਾ, ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਸਾਨੂੰ ਇੰਸਟਾਗ੍ਰਾਮ ਦੇ ਉੱਪਰ ਵੀ ਤੁਸੀਂ ਫੋਲੋ ਕਰ ਸਕਦੇ ਹੋ, ਉਸ ਦਾ ਲਿੰਕ ਅਸੀਂ ਕਮੈਂਟ ਦੇ ਵਿੱਚ ਪਾਇਆ ਹੈ। ਧੰਨਵਾਦ।